बड़ी
ਇਹਦੇ ਅੰਦਰ ਤੁਸੀਂ ਕਹੋਗੇ ਕਿ ਇਹਦੇ ਵਿੱਚ ਯਾਨੀ ਅਸਲ ਮਾਇਨੇ ਬਾਤ ਕਿਹੜੀ ਹੈ ਇਹ ਇਹਦਾ ਯਾਰ ਹੋਰ ਮਜ਼ੇਦ ਅਸਾਨੀ ਵਾਸਤੇ ਜਦੋਂ ਕਲਮਾ ਪੜ੍ਹੀਦਾ ਹੈ ਨਾ ਤੇ ਕੀ ਕਹਿੰਦੇ ਹੋ ਨਜ਼ਰ ਅੰਦਾਜ਼ ਪੈਦਾ ਕਰ
نشانی دے سن سفید رنگ دے تے سفید رنگ امن دی نشانی ہے سفید رنگ بولو امن دی نشانی ہے جے تو جنگا ہوئی سی نا امن سامنے پہلے پہلے چلے ہو چلتے رہندے سن اگر جنگ ختم کر دی تے سفید ڈے لے ہوا دتے جاندے سن جنگ رک جاندی سی رب العالمین نے محبت دی میلاد دے بعد صادق کے سفید Yeah.
دیکھنا مجھے ملا غضب کہنا اور تے رحمت غالب آ جانی اس واسطے نہ تے عذاب نہیں ہوندا امام نبی علیہ الصلوۃ والسلام نبی واسطے رحمت بن گیا ہے مریم واسطے رحمت بن گیا ہے نیکا لوگاں واسطے رحمت بن گیا ہے ہر بندے لوڑا حصہ ملدا پیا ہوا حتا کہ کائنات دے اندر انسان دی عزت بنی ہے میرے نبی دی آمد دے نال بنی ہے عورت دی مقام ملیا ہوا ماں و شان ملیا ہوا میرے نبی دی آمد دے نال ملیا ہوا بیٹی نو مقام ملیا ہوا بہن نو عزت ملی ہے مصطفیٰ دے آمد دے نال ملی ہے ذریعے پتہ دس دی ہے جس والے لوگاں دے گھر دے اندر بچیاں پیدا ہوندیاں سن لوگ اتنا غم کردے سن اتنا غصے وچ جاندے سن انہاں بچیاں نو زندہ تو لوگ اللہ رب العالمین فرماتا ہے قیامت والے دن انہاں بچیاں نوں پوچھا جائے گا تسی کس گناہ دی وجہ توں کیا جڑا اے کیتا گیا زندہ تو لوگ کیتا گیا طریقے عرب دستی ہے اور لوگ کس بات تے سفر کردے سن میرے بیٹی کوئی نہیں میری پیدا ہوئی ہے زندہ تو لوگ ہو جاتی ہے سیرت دی کتاباں دا سنیاں نے امام علی دی یاد دے صحابی نے جنہاں دا نام دریا کلبی ہے انہاں دی کئی بچیاں پیدا جنت نہیں جاؤ گے امام نبی علیہ السلام میرے نال جنت دے اندر ایتا ہی ہوو گے جے دو
ਸਾਧੀਆਂ ਨੇ ਰਸੂਲ ਅੱਲਾ ਨੂੰ ਦੁੱਧ ਪਿਲਾਇਆ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਫਿਰ ਹਲੀਮਾ ਦਾ ਕਿੰਨਾ ਕੁ ਇਹਤਰਾਮ ਕਰਦੇ ਸਨ ਹਲੀਮਾ ਦਾ ਕਿੰਨਾ ਕੁ ਖਿਆਲ ਕਰਦੇ ਸਨ ਮੇਰਾ ਤੇ ਦਿਲ ਕਹਿੰਦਾ ਵਾ ਕਿ ਰਹਿਮਤ ਅੱਲ ਆਲਮੀਨ ਨੇ ਹਲੀਮਾ ਨੂੰ ਬਚਪਨ ਦੇ ਅੰਦਰ ਉਹਦੇ ਘਰ ਵਿੱਚ ਜਾ ਕੇ ਉਹ ਰਹਿਮਤ ਦਾ ਮਾਲਾ ਮਾਲ ਕਰ ਛੱਡਿਆ ਵਾ ਬਹਾਨਾ ਤੇ ਬਣਿਆ ਨਾ ਕਿ ਹਲੀਮਾ ਨੇ ਰਸੂਲ ਦੀ ਪਰਵਰਿਸ਼ ਕੀਤੀ ਹੈ ਮਗਰ ਨਤੀਜਾ ਕੀ ਨਿਕਲਦਾ ਵਾ ਹਲੀਮਾ ਦੀ ਬਦ ਹਾਲੀ ਉਸ ਹਾਲੀ ਚ ਬਦਲ ਗਈ ਮੁਸਤਫਾ ਦੇ ਸਦਕੇ ਨਾਲ ਜਦਰ ਜਦਰ ਇਸੇ
میرا وجود پورا صحیح ہو گیا، بیماریاں ختم ہو گئی ہیں. Bye.
ਘੋੜਾ ਹਰਕਤ ਵਿੱਚ ਆ ਜਾਂਦਾ ਹੈ, ਫਿਰ ਹਲੀਮਾ ਆਪਣੇ ਕੰਮ ਵਿੱਚ ਲੱਗ ਜਾਂਦੀ ਹੈ ਤੇ ਘੋੜਾ ਹਰਕਤ ਲੈਂਦਾ ਹੀ ਰਹਿੰਦਾ। ਘੋੜਾ ਰੁਕਦਾ ਨਹੀਂ, ਸੀਰਤ ਨਿਗਾਰ ਦੀ ਵਜ੍ਹਾ ਲਿਖਦੇ ਨੇ ਹਲੀਮਾ ਤੇ ਨਹੀਂ ਹਲਾਉਂਦੀ ਪਰ ਅੱਲਾ ਆਪਣੇ ਫਰਿਸ਼ਤਿਆਂ ਨੂੰ ਭੇਜ ਦਿੰਦਾ ਹੈ। ਜਦੋਂ ਹਲੀਮਾ ਦੇ ਘਰ ਮਿਲੇ ਬਾਬੂ ਨੂੰ ਲੋਹੀਆਂ ਦੌੜ ਜਾਂਦੇ। ਹਲੀਮਾ ਸਾਦੀਆ ਦੀ ਬੇਟੀ ਦਾ ਨਾਂ ਸੀਮਾ, ਸੀਮਾ ਤੁਹਾਨੂੰ ਪਤਾ ਨਾ ਬੱਚਿਆਂ ਨੂੰ ਬੱਚਿਆਂ ਭਰਾਵਾਂ ਨਾਲ ਬੜਾ ਪਿਆਰ ਹੁੰਦਾ ਵਾ, ਉਹ ਚੁੱਕ ਲੈਂਦੀਆਂ ਨੇ, ਉਹ ਲੋਹੜੀਆਂ ਦਿੰਦੀਆਂ ਨੇ। ਉਹ ਹਲੀਮਾ ਸਾਦੀਆ ਦੀ ਬੇਟੀ ਜਿਹੜੀ ਸੀਮਾ ਹੈ ਨਾ, ਇਹ ਵੀ ਹਜ਼ੂਰ ਨੂੰ ਆਪਣੀ ਗੋਦੀ ਵਿੱਚ ਪਾ ਲੈਂਦੀ ਹੈ ਤੇ ਨਾਲ ਲੋਹੜੀਆਂ ਸਿਖਾਉਂਦੀ ਹੈ। ਲੋਹੜੀਆਂ ਕਿੱਦਾਂ ਅਰਬੀ ਦੇ ਲਫ਼ਜ਼ ਨੇ, ਇਹਦਾ ਮਤਲਬ ਹੈ ਕਿ ਯਾਦਾਂ ਮੁਹੰਮਦ ਨੂੰ ਜਵਾਬ ਜਲਦੀ ਕਰਦੇ। ਇਹ ਮੁਹੰਮਦ ਜਿਹੜਾ ਹੈਗਾ ਇਹ ਮੱਕੇ ਦਾ ਬਾਦਸ਼ਾਹ ਬਣੇ, ਔਰ ਅਸੀਂ ਆਪਣੇ ਅੱਖਾਂ ਨਾਲ ਦੇਖੀਏ ਇਹਨਾਂ ਨੂੰ ਏਦਾਂ ਦੇ ਅਲਫਾਜ਼, ਏਦਾਂ ਦੇ ਜੁਮਲੇ ਉਹ ਕਹਿੰਦੀ ਹੈ। ਖੁਸ਼ ਹੁੰਦੀ ਹੈ ਨਾਲ ਹਲੀਮਾ ਸਰਕਾਰ ਨੂੰ ਦੇਖਦੀ ਹੈ, ਹਲੀਮਾ ਦੀ ਬੇਟੀ ਸਰਕਾਰ ਨੂੰ ਦੇਖਦੀ ਹੈ। ਮੁਸਲਮਾਨ ਦਾ ਟਾਈਮ ਐਸਾ ਆਇਆ ਇਮਾਮ ਅਲੰਬੀਆ ਦਾ ਸਲਾਤੋ ਸਲਾਮ ਫਤਹ ਮੱਕਾ ਤੋਂ ਬਾਅਦ ਉਹਨਾਂ ਕਬੀਲਿਆਂ ਵੱਲ ਨੂੰ ਇਸਲਾਮ ਦਾ ਪੈਗਾਮ ਲੈ ਕੇ ਗਏ ਜਿਨ੍ਹਾਂ ਨੇ ਅਜੇ ਤੱਕ ਇਸਲਾਮ ਕਬੂਲ ਨਹੀਂ ਸੀ ਕੀਤਾ। ਬਨੂ ਸਾਦ ਕਬੀਲਾ ਜਦੋਂ ਹਜ਼ੂਰ ਉਧਰ ਨੂੰ ਗਏ ਨਾ, ਤੇ ਇਹ ਲੋਕ ਬਹਾਦਰ ਬਣੇ ਸਨ, ਗਲੇਰ ਬਣੇ ਸਨ, ਲੜਾਈ ਦੇ ਵਿੱਚ ਪਿੱਛੇ ਹਟਣ ਵਾਲੇ ਨਹੀਂ ਸਨ। ਇਹਨਾਂ ਨੇ ਸਿਹਾਬਾ ਨਾਲ ਸਿੱਧੇ ਹੋ ਕੇ ਮੁਕਾਬਲਾ ਸ਼ੁਰੂ ਕਰ ਦਿੱਤਾ, ਸਿਹਾਬਾ ਨੇ ਮੱਥਾ ਲਾ ਲਿਆ, ਤੀਰ ਚਲਾਣੇ ਸ਼ੁਰੂ ਕਰ ਦਿੱਤੇ। ਇਦੋਂ ਸਿਹਾਬਾ ਨੇ ਵੀ ਭਰਪੂਰ ਉਹਨਾਂ ਦਾ ਵਾਰ ਰੋਕਿਆ, ਆਪਣੇ ਹਮਲੇ ਕੀਤੇ, ਮਗਰ ਉਹ ਜ਼ਿਆਦਾ ਦੇਰ ਸਿਹਾਬਾ ਦਾ ਮੁਕਾਬਲਾ ਕਰ ਸਕੇ ਨਾ। ਪਹਿਲਾ ਪਹਿਲਾ ਵਾਰ ਉਹਨਾਂ ਨੇ ਕੀਤਾ, ਆਪਣੀ ਬਹਾਦਰੀ ਦਿਖਾਈ, ਮਗਰ ਸਿਹਾਬਾ ਦੀ ਤਾਦਾਦ ਜ਼ਿਆਦਾ ਸੀ, ਫਿਰ ਜ਼ਿਆਦਾ ਦੇਰ ਮੁਕਾਬਲਾ ਨਾ ਕਰ ਸਕੇ। ਜਦੋਂ ਮੁਕਾਬਲਾ ਨਾ ਕਰ ਸਕੇ ਤਾਂ ਅੱਗੇ ਦੌੜ ਗਏ ਸਿਹਾਬਾ ਨੇ, ਫਿਰ ਉਹਨਾਂ ਨੂੰ ਕੈਦੀ ਵੀ ਕੀਤਾ ਤੇ ਉਹਨਾਂ ਦਾ ਮਾਲ ਵੀ ਕਬਜ਼ੇ ਕਰ ਲਿਆ। ਮਾਲ ਕਬਜ਼ੇ ਕਰਨ ਤੋਂ ਬਾਅਦ ਹਜ਼ੂਰ ਨੂੰ ਮਦੀਨੇ ਪਾਕ ਲੈ ਕੇ ਆ ਗਏ, ਕੈਦੀ ਵੀ ਬਣਾ ਕੇ ਆਉਂਦੇ ਬੰਦੇ ਔਰ ਉਹਨਾਂ ਦਾ ਮਾਲ ਵੀ ਲੈ ਕੇ ਮੱਕੇ ਜਾ ਕੇ ਮਦੀਨੇ ਸ਼ਰੀਫ ਦੇ ਅੰਦਰ ਆ ਗਏ। ਅੱਛਾ, ਹੁਣ ਜਦੋਂ ਬਨੂ ਸਾਹਿਬ ਦੇ ਦੌਰ ਦੇ ਪਿੱਛੇ ਸਨ ਨਾ, ਉਹਦਾ ਫਾਇਦਾ ਬਹੁਤ ਬੜਾ ਨੁਕਸਾਨ ਹੋ ਗਿਆ ਸਾਡਾ, ਬੰਦੇ ਵੀ ਕੈਦੀ ਬਣ ਗਏ ਨੇ, ਮਾਲ ਵੀ ਜਾਂਦਾ ਰਿਹਾ ਵਾ। ਚਲੋ ਏਦਾਂ ਕਰੋ ਯਾਰ, ਇਕੱਠੇ ਹੋਵੋ, ਮਦੀਨੇ ਜਾਈਏ ਤੇ ਜਿਹੜਾ ਮਦੀਨੇ ਦਾ ਸਰਬਰਾਹ ਹੈ ਉਹਦੀ ਨਿਯਤ ਕਰੀਏ, ਦਾ ਮਿਹਰਬਾਨੀ ਕਰੋ ਸਾਡੇ ਕੈਦੀ ਛੱਡ ਦਿਓ, ਸਾਡਾ ਮਾਲ ਵਾਪਸ ਦੇ ਦਿਓ, ਅਸੀਂ ਤੇ ਮਾੜੇ ਲੋਕ ਇਤਿਹਾਸ ਦੇ ਰਹਿਣ ਵਾਲੇ ਹਾਂ। ਚਲੋ ਗਲਤੀ ਕਰਨੀ ਹੈ, ਤੁਹਾਡਾ ਮੁਕਾਬਲਾ ਕੀਤਾ ਵਾ, ਸਾਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਇਹ ਉਹਨਾਂ ਨੇ ਪ੍ਰੋਗਰਾਮ ਬਣਾਇਆ, ਮੁਸਲਮਾਨ ਜਦੋਂ ਤਿਆਰ ਹੋ ਕੇ ਚੱਲਣ ਲੱਗਦੇ ਨੇ, ਉਹਨਾਂ ਦੇ ਹਲੀਮਾ ਸਾਦੀਆ ਦੀ ਬੇਟੀ ਕਹਿਣ ਲੱਗੀ ਮੈਨੂੰ ਵੀ ਨਾਲ ਲੈ ਚੱਲਾਂ। ਸੀਮਾ ਤੋਂ ਕੀ ਕਰੇਗੀ, ਉਹਨਾਂ ਕਹਿ ਕੇ ਉਹਨਾਂ ਨੇ ਪਤਾ ਜਿੱਥੇ ਚਾਹੀ ਨਹੀਂ ਸੁਣੀ ਜਾਵੇਗੀ, ਮੇਰੀ ਬਾਤ ਮੰਨੀ ਜਾਵੇਗੀ। ਮੈਂ ਮੁਸਲਮਾਨਾਂ ਦੇ ਨਬੀ ਸਾਡੇ ਘਰ ਦੇ ਅੰਦਰ ਗੁਜ਼ਰਿਆ ਵਾ, ਤੈਨੂੰ ਯਾਦ ਹੋਵੇਗਾ ਮੇਰੀ
امام الانبیاء دی سچی